ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਸੁਖਵਿੰਦਰ ਸਿੰਘ, ਹੋਪ ਇਮੀਗ੍ਰੇਸ਼ਨ ਸਰਵਿਸ ਤੋਂ। ਅੱਜ ਗੱਲ ਕਰਦੇ ਹਾਂ ਸਬ ਕਲਾਸ 186 ਡਾਇਰੈਕਟ ਐਂਟਰੀ। ਇਹ ਇੰਪਲੋਇਰ ਸਪੋਂਸਰਡ ਪਰਮਾਨੈਂਟ ਰੈਜੀਡੈਂਸੀ ਵੀਜ਼ਾ ਹੈ। ਇਹਦੇ ਵਿੱਚ ਐਪਲੀਕੈਂਟ ਦੀਆਂ ਜਿਹੜੀਆਂ ਰਿਕੁਆਇਰਮੈਂਟਸ ਨੇ ਉਹਦੇ ਵਿੱਚ ਸਭ ਤੋਂ ਪਹਿਲਾਂ ਹੈ ਵੀ ਜਿਹੜੀ ਐਪਲੀਕੈਂਟ ਦੀ ਆਕੂਪੇਸ਼ਨ ਹੈ ਉਹ ਮੀਡੀਅਮ ਟੂ ਲੌਂਗ ਟਰਮ ਲਿਸਟ 'ਤੇ ਹੋਣੀ ਚਾਹੀਦੀ ਹੈ। ਸੈਕਿੰਡ, ਸਕਿੱਲ ਅਸੈਸਮੈਂਟ ਹੋਣੀ ਚਾਹੀਦੀ ਹੈ। ਫਿਰ ਉਹਦੇ ਕੋਲ ਕੰਪੀਟੈਂਟ ਇੰਗਲਿਸ਼ ਹੋਣੀ ਚਾਹੀਦੀ ਹੈ ਅਤੇ 3 ਸਾਲ ਦਾ ਐਕਸਪੀਰੀਅੰਸ ਚਾਹੀਦਾ ਉਹਦੇ ਕੋਲ ਆਪਣੇ ਆਕੂਪੇਸ਼ਨ ਦੇ ਵਿੱਚ। ਸੋ ਦੂਜੇ ਪਾਸੇ ਜਿਹੜਾ ਇੰਪਲੋਇਰ ਹੈ ਉਹਦੀਆਂ ਆਪਣੀਆਂ ਰਿਕੁਆਇਰਮੈਂਟਸ ਨੇ, ਉਹ ਆਪਾਂ ਬੈਠ ਕੇ ਵੀ ਡਿਸਕਸ ਕਰ ਸਕਦੇ ਹਾਂ, ਇੰਪਲੋਇਰ ਨਾਲ ਕੰਸਲਟੇਸ਼ਨ 'ਤੇ ਡਿਸਕਸ ਕਰ ਸਕਦੇ ਹਾਂ। ਬਟ ਮੋਟੇ ਤੌਰ 'ਤੇ ਕਹਿ ਲਈਏ ਕਿ ਇੰਪਲੋਇਰ ਦੀ ਸੇਮ ਇੰਡਸਟਰੀ ਹੋਣੀ ਚਾਹੀਦੀ ਹੈ, ਜੈਨੂਅਨ ਪੁਜੀਸ਼ਨ ਹੋਣੀ ਚਾਹੀਦੀ ਹੈ ਜਿਹੜੀ ਵੀ ਉਹ ਨੋਮੀਨੇਟ ਕਰਨਾ ਚਾਹੁੰਦਾ ਹੈ, ਲੇਬਰ ਮਾਰਕੀਟ ਟੈਸਟਿੰਗ ਕੀਤੀ ਹੋਣੀ ਚਾਹੀਦੀ ਹੈ ਅਤੇ ਜਿਹੜੀ ਸੈਲਰੀ ਹੈ ਉਹ ਵੀ ਮਾਰਕੀਟ ਰੇਟ 'ਤੇ ਦੇਣੀ ਪੈ ਗਈ ਉਹਨੂੰ ਫੋਰ ਦਾ ਪ੍ਰਪੋਜ਼ਡ 186 ਡਾਇਰੈਕਟ ਐਂਟਰੀ ਵੀਜ਼ਾ। ਸੋ ਇਹ ਜਨੈਰਿਕ ਜਾਂ ਜਨਰਲ ਜਾਂ ਬੇਸਿਕ ਰਿਕੁਆਇਰਮੈਂਟਸ ਨੇ। ਆਫਕੋਰਸ ਦੇਰ ਇਜ਼ ਮੋਰ ਟੂ ਇਟ, ਪਰ ਜੇ ਤੁਸੀਂ ਆਪਣੇ ਸਪੈਸੀਫਿਕ ਕੇਸ ਬਾਰੇ ਆਪਣੀ ਐਲੀਜੀਬਿਲਟੀ ਚੈੱਕ ਕਰਨਾ ਚਾਹੁੰਦੇ ਹੋ ਜਾਂ ਤੁਹਾਡੇ ਕੋਲ ਕੋਈ ਹੋਰ ਕੁਐਸਚਨਸ ਨੇ ਅਬਾਊਟ ਦਿਸ ਕੈਟਾਗਰੀ, ਤਾਂ ਤੁਸੀਂ ਸਾਡੇ ਥੱਲੇ ਦਿੱਤੇ ਨੰਬਰ 'ਤੇ ਕਾਲ ਕਰਕੇ ਅਪੁਆਇੰਟਮੈਂਟ ਬੁੱਕ ਕਰ ਸਕਦੇ ਹੋ। ਥੈਂਕ ਯੂ ਵੈਰੀ ਮੱਚ। ਸਤਿ ਸ਼੍ਰੀ ਅਕਾਲ।